कणक कटी गई आ ढाई साल तो बाद किसी ने इन्ना भी नहीं किया कि थोड़ी बहुती दवा दी। बेटा मेरा अजे 3 साल का वा, बेटिया मेरिया घर वाले की डेथ हो गई है, किसी ने मदद नहीं की पिंड वाले ने, जे आउंदी कणक ते भी नहीं दे के राजी है कि चलो सरकार वालों आउंदी है ही दे दी। तुहाडा कार्ड बनिया? हां जी बनिया है, पिछो जो बादल दे कार्ड बने ने उदो तो मिलती रही आ, बस हुण 2-2.5 साल हो गए कटे नूं, उस तो पहला नहीं कदी कटिया गया। मैं जी बलजीत सिंह पिंड भंगाली तो बोलदा वा, क्योंकि गार लगी जाके मैं वगैरा ज्यादा अकाली दल नूं बिलोंग करदा वा, खास करके मैं ये मंग मंगदा प्रशासन दे कोलों कि कल इत्थे फ्री कणक वास्ते पर्चियां लाने वास्ते आए डिपो होल्डर वाले, जिस विच कारण की आ कि सब तो पहला तो जिहड़ा आधार कार्ड आ जां मेरा आ जां इन्हां दा कार्ड, उन्हां दा अंगूठा लगना चाहीदा है। सब तो पहला तो इत्थे मौके ते 3-4 कार्ड कटे गए पिछले महीने मई दे विच, जिहड़े कार्ड कटे गए ने 190 कार्ड सी जिहड़े कटे गए सी, मेरा खुद कटिया गया है। इस करके मैं प्रशासन के कोल सरकारां दे कोल मंग मंगदा कि जिहड़ी साडी मंग आ कणक दी सानूं होर मिलदा की इहनां कोलों? कुछ भी नहीं मिलता, एक कणक है तो वह भी इन्हें कट दी गरीबां दी, खास करके इस करके बीबिया सारियां कट्ठियां होईयां ने इहो मंग मंगदियां ने कि सानूं साडा हक मिलना चाहीदा है। जिन्हें पिंड दे पतवंत सज्जन आ किसी ने साडी कोई सुनवाई नहीं की, कम से कम 6 महीने हो गए आ जिन्हां ने कार्ड कट्टे आ, मेरा पिछले महीने कट्टिया गया, 10-15 कल कट्टे गए ने। इस करके मैं प्रशासन दे कोलों ते इन्हां मोहतबरां ने सरकारां दे कोलों यही मंग मंगदा है कि सानूं कणक मिलनी चाहीदी, साडा हक सानूं मिलना चाहीदा है, बस इहो कुछ ही मंगदा है मैं इन्हां कोलों। ते तुसीं इस बारे कोई कारवाई कीती है कोई उच्च अधिकारियां नूं तुसीं इहदे बारे दस्सिया? हां जी भाजी दस्सिया सीगा, पिछले महीने मई दे विच आपां सारयां दे डिटेल विच नां लिख के जिहड़े 190 कार्ड कट्टे गए सीगे ਉਹ ਆਪਾਂ ਡੀਸੀ ਨੂੰ ਮੰਗ ਪੱਤਰ ਦਿੱਤਾ ਸੀਗਾ, ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ। 1 ਮਹੀਨੇ ਬਾਅਦ ਫੇਰ ਜਿਹੜੀ ਫ੍ਰੀ ਵਾਲੀ ਕਣਕ ਆਈ ਹੈ ਇਹ ਵੀ ਨਹੀਂ ਸਾਨੂੰ ਮਿਲੀ, ਕਿਉਂਕਿ ਇਹ ਸਾਰਿਆਂ ਦੀ ਆਈ ਹੋਈ ਆ ਤੇ ਉਹ ਵੀ ਨਹੀਂ ਸਾਨੂੰ ਮਿਲੀ। ਤੇ ਹੁਣ ਆਪਾਂ ਇਹਨਾਂ ਕੋਲੋਂ ਇਹੀ ਨਿਆਂ ਮੰਗਦੇ ਹਾਂ ਕਿ ਸਾਨੂੰ ਭਾਵ ਕੀ ਸਾਡੀ ਕਣਕ ਮਿਲਣੀ ਚਾਹੀਦੀ ਆ ਤੇ ਸਾਡੇ ਕਾਰਡ ਲਾਗੂ ਹੋਣ, ਜਿਹਦੇ ਖਾਸ ਕਰਕੇ ਐਸੀ ਕੋਟੇ ਦੇ ਜ਼ਿਆਦਾ ਕਾਰਡ ਕੱਟੇ ਜਾਂਦੇ ਨੇ, ਜੱਟਾਂ ਜ਼ਿਮੀਂਦਾਰਾਂ ਦੇ ਕਾਰਡ ਨਹੀਂ ਕੱਟੇ ਜਾਂਦੇ, ਉਹਨਾਂ ਨੂੰ ਵੀ ਕਣਕ ਮਿਲਣੀ, ਜਿਨ੍ਹਾਂ ਦੀਆਂ 5-5 ਕਿੱਲੇ ਪੈ ਲਈਆਂ ਵਾ ਉਹਨਾਂ ਨੂੰ ਵੀ ਕਣਕ ਮਿਲਣ ਡਈ ਆ। ਇਸ ਕਰਕੇ ਕੋਈ ਉਹ ਚ ਨਿਆਂ ਨਹੀਂ ਹੈਗਾ ਵੀ ਖਾਸ ਕਰਕੇ ਇਹ ਐਸੀ ਕੋਟੇ ਦੀ ਕਣਕ ਆਉਂਦੀ ਆ, ਕਿਉਂਕਿ ਨਾ ਤੇ ਸਾਡੀਆਂ ਜ਼ਮੀਨਾਂ ਨਾ ਜਾਇਦਾਦਾਂ ਵਾ ਨਾ ਸਾਡੇ ਕੋਲ ਨੌਕਰੀਆਂ ਵਾ ਤੇ ਆਪਾਂ ਕਿੱਥੋਂ ਖਾਣਾ ਵਾ? ਸਰਕਾਰਾਂ ਨੇ ਸਾਨੂੰ ਦੇਣਾ, ਸਰਕਾਰਾਂ ਨੇ ਸਾਡੀਆਂ ਵਗੈਰਾ ਕੰਪੈਨਾਂ ਚਲਾ ਕੇ ਮਸ਼ੀਨਾਂ ਚਲਾ ਕੇ ਉਹ ਵੀ ਸਾਡੀ ਮਿਹਨਤ ਮਜ਼ਦੂਰੀ ਖੋਲੀ ਆ, ਸਾਡੇ ਅਧਿਕਾਰ ਖੋਲੇ ਇਹਨਾਂ ਨੇ ਤੇ ਆਪਾਂ ਨੂੰ ਕੀ ਆ? ਕੁਛ ਵੀ ਨਹੀਂ ਮਿਲਦਾ। ਇਸ ਕਰਕੇ ਸਾਨੂੰ ਇਹ ਇੱਕ ਨਿਆਜ ਭਾਵ ਕਿ ਕਣਕ ਮਿਲਣੀ ਚਾਹੀਦੀ ਆ, ਖਾਸ ਕਰਕੇ ਇਹੀ ਖਾਣੀ ਆ ਗਰੀਬ ਬੰਦੇ ਨੇ, ਹੋਰ ਕੀ ਕਹਿਣਾ, ਕਿਸਾਨਾਂ ਨੂੰ ਹਰ ਕੋਈ ਬੰਦਾ ਗਰੀਬ ਹੋਵੇ ਅਮੀਰ ਹੋਵੇ ਰੋਟੀ ਖਾ ਕੇ ਸੌਂਦਾ ਏ, ਉਹਦੇ ਵਾਲੇ ਵੀ ਉਹਦੇ ਕਰਕੇ ਵੀ ਇਹ ਤੜਫਣ ਡਏ ਆ ਲੋਕ, ਤੇ ਫਿਰ ਦੱਸੋ ਕੀ ਇਹ ਭਲਾ ਕਰਦੇ ਲੋਕਾਂ ਦਾ? ਇਹ ਭਲਾ ਵਾ ਕੋਈ? ਕਿਸੇ ਦੀ ਕੋਈ ਸੁਣਵਾਈ ਨਹੀਂ ਆ, ਗਰੀਬ ਬੰਦੇ ਦੀ ਸਭ ਭਾਜੀ ਉੱਕੀ ਸੁਣਵਾਈ ਨਹੀਂ ਹੈਗੀ ਵੀ। ਉਹ ਕਹਿੰਦੇ ਪੁਲਿਸ ਵੀ ਸਾਡੀ ਆ, ਸਰਕਾਰ ਵੀ ਸਾਡੀ ਸਾਡੀ। ਨਾਮ ਕੀ ਤੁਹਾਡਾ? ਮੈਂ ਜੀ ਨਿਸ਼ਾਨ ਸਿੰਘ, ਸਰਪੰਚ ਭੰਗਾਲੀ ਕਲਾਂ। ਸਰ ਪਿੰਡ ਦੇ ਵਿੱਚ ਕੁਝ ਕਾਟ ਕੱਟੇ ਗਏ ਆ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਇਹ ਕੱਲੇ ਸਾਡੇ ਪਿੰਡ ਦਾ ਮਸਲਾ ਨਹੀਂ ਹੈਗਾ, ਤੁਸੀਂ ਖਬਰਾਂ ਸਾਰੇ ਪੜ੍ਹਦੇ ਜੇ, ਅਖਬਾਰਾਂ ਦੇ ਵਿੱਚ ਪੜ੍ਹਦੇ, ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਇਹ ਕਾਰਡ ਆ, ਇਹ ਪਤਾ ਨਹੀਂ ਜਦੋਂ ਦੇ ਆਨਲਾਈਨ ਹੋਈ ਆ ਨਾ ਸਿਸਟਮ ਸਾਰਾ, ਉਦੋਂ ਤੋਂ ਇਹ ਪ੍ਰੋਬਲਮ ਆ ਰਹੀ ਆ। ਜਦੋਂ ਪਹਿਲਾਂ ਕਾਰਡ ਸੀ ਉਹ ਸਿੱਧੀ ਕਣਕ ਵੰਡਦੇ ਸੀ ਕਾਰਡਾਂ ਦੇ ਉੱਤੇ, ਉਹ ਮਤਲਬ ਸਾਰਿਆਂ ਨੂੰ ਕਣਕ ਉੱਤੇ ਮਿਲਦੀ, ਜਦੋਂ ਦਾ ਆਪਾਂ ਆਨਲਾਈਨ ਸਿਸਟਮ ਕੀਤਾ ਸਰਕਾਰਾਂ ਨੇ ਉਦੋਂ ਤੋਂ ਇਹ ਜਿਹੜੀ ਕਣਕ ਆ ਇਹ ਕੱਟੀ ਗਈ ਆ, ਅਤੇ ਉਹਦਾ ਕਰਕੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਬੜੀ ਮੁਸ਼ਕਿਲ ਆ ਰਹੀ ਆ। ਅਸੀਂ ਉੱਪਰ ਕਾਫੀ ਜਿਹੜੀ ਆ ਜਦੋਂ ਜਦ ਕੀਤੀ ਆ ਵੀ ਸਾਡੇ ਜਿਹੜੇ ਕਾਰਡ ਆ ਇਹ ਚਾਲੂ ਹੋ ਜਾਣ। ਸਰ ਡਿਪੂ ਹੋਲਡਰ ਵਾਲੇ ਵੀ ਕਿਹਾ ਗਿਆ ਕਿ ਇਹ ਮਤਲਬ ਧੱਕੇਸ਼ਾਹੀ ਕਰ ਰਹੇ ਆ ਜਾਂ ਕੁਛ, ਇਹ ਮਤਲਬ ਕਣਕ ਸਰਕਾਰੀ ਕਣਕ ਵੇਚ ਰਹੇ ਆ, ਇਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਅੱਗੇ ਚਲੋ ਜਿਸ ਤਰ੍ਹਾਂ ਮਤਲਬ ਅੱਗੇ ਪਹਿਲਾਂ ਕਣਕ ਆਉਂਦੀ ਹੁੰਦੀ ਸੀ ਉਦੋਂ ਕੋਈ ਆਨਲਾਈਨ ਸਿਸਟਮ ਨਹੀਂ ਹੈਗਾ, ਉਹਦੇ ਚ ਤੇ ਵਾਧਾ ਘਾਟਾ ਹੋ ਸਕਦਾ ਸੀ। ਹੁਣ ਜਿਹੜੇ ਆਨਲਾਈਨ ਸਿਸਟਮ ਆ, ਜਿਸ ਤਰ੍ਹਾਂ ਸਾਡੇ ਇੱਥੇ ਜਿਹੜੀ ਕਣਕ ਆ ਉਹ ਮਤਲਬ ਕੋਈ 224 ਕੁਇੰਟਲ ਜਿਹੜੀ ਕਣਕ ਆ ਸਾਡੇ ਪਿੰਡ ਦੇ ਵਿੱਚ ਪਹੁੰਚੀ ਆ, ਤੇ ਉਹ ਉਹਦੇ ਮੁਤਾਬਕ ਜਿਹੜੀ ਕਣਕ ਆ ਸਾਰੀ ਮਤਲਬ ਇਹ ਪੂਰੇ ਤਰੀਕੇ ਦੇ ਨਾਲ ਆਪਾਂ ਵੰਡ ਰਹੇ ਹਾਂ, ਤੇ 390 ਬੰਦਿਆਂ ਦੀ ਜਿਹੜੀ ਕਣਕ ਆ ਉਹ ਆਈ ਆ।
जिन्ने कार्ड कटे गए कांग्रेस दे भी कटे गए अकाली दल दे भी कटे गए कोई एक पार्टी दे थोड़ा कटे गए अकाली दल दे ही कटे गए मैं तुहानू सारा सबूत दे दिना भी कांग्रेस दे सगो ज्यादा कटे गए पर कटे जिहड़े गए असीं इह सरकार नूं वी अपील करदे आ ते जिहड़े कार्ड है जल्दी तो जल्दी इन्हां दे चालू कीते जाण। हांजी सर की नाम तुहाडा? हांजी सर मैं भैया सिंह दी गोल भंगाली तों। अच्छा सर ਤੁਹਾਡੇ ਦੇ ਵਿੱਚ ਮਤਲਬ ਪਿੰਡ ਦੇ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਕੁਝ ਇਲਜ਼ਾਮ ਲੱਗੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਰ ਜੋ ਇਲਜ਼ਾਮ ਲਾਏ ਜਾ ਰਹੇ ਆ ਇਹ ਬਿਲਕੁਲ ਝੂਠੇ ਮੈਸੇ ਲਾਏ ਜਾ ਰਹੇ ਆ। ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਮਤਲਬ ਜੇ ਇਨਕੁਆਇਰੀ ਕਰ ਲੈਣ ਜੇ ਮੈਂ ਝੂਠਾ ਹੋਊਂਗਾ ਤੇ ਮੈਂ ਦੋਸ਼ੀ ਕਰਾਰ ਹੋਊਂਗਾ। ਤੇ ਸਰ ਕੋਈ ਇਹ ਵੀ ਕਿਹਾ ਜਾ ਰਿਹਾ ਵਾ ਤੁਹਾਡੇ ਬਾਰੇ ਵੀ ਕੁਛ ਮਤਲਬ ਤੁਸੀਂ ਸਰਕਾਰੀ ਕਣਕ ਨੂੰ ਮਤਲਬ ਪਰਸਨਲੀ ਵੇਚ ਰਹੇ ਜੇ? ਇਹ ਸਰ ਇਹੀ ਤੇ ਮੇਰੇ ਤੇ ਇਲਜ਼ਾਮ ਲਾ ਰਹੇ ਆ। ਇਹ ਸਰਪੰਚ ਸਾਹਿਬ ਨੂੰ ਸਾਰੀ ਗੱਲ ਇਹ ਅਸੀਂ ਦੱਸੀ ਸੀ ਕਿ ਜੋ ਮੇਰੇ ਕੋਲ ਤਿੰਨ ਡਿਪੂ ਭੰਗਾਲੀ ਕਲਾਂ ਗੁਜਰ ਭਰਾ ਨਿੱਕੀ ਭੰਗਾਲੀ ਦੇ ਤੇ ਉਹਦੇ ਵਿੱਚ ਜਿਹੜਾ ਸੀਗਾ ਮਤਲਬ ਵੀ ਬਕਾਇਆ ਸੀ ਉੱਥੋਂ ਦਾ ਚਾਰ ਤੋੜੇ ਅਸੀਂ ਭੇਜੇ ਸੀ ਉਹ ਹਨੇਰੇ ਹੋਏ ਭੜਕਾਇਆ ਤੇ ਉਸੇ ਕਰਕੇ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਮਤਲਬ ਵੀ ਇਲਜ਼ਾਮ ਲਾਇਆ ਤੇ ਸਰਪੰਚ ਸਾਹਿਬ ਨੂੰ ਜੋ ਵੀ ਭੰਗਾਲੀ ਦੀ ਜਾਣਕਾਰੀ ਸਾਰੀ ਦਿੱਤੀ ਗਈ ਆ ਜਿੰਨੀ ਸਾਡੇ ਪਿੰਡ ਦੇ ਵਿੱਚ ਕਣਕ ਆਈ ਆ ਉਹ ਵੀ ਉਹੀ ਆ ਮੇਰੇ ਕੋਲ ਮਤਲਬ ਵੀ ਉਹ ਗਿਣਾ ਲੈਣ ਤੇ ਕਾਰਡ ਕੱਟਣ ਤੇ ਵੀ ਕਹਿੰਦੇ ਜੇ ਕਿ ਤੁਸੀਂ ਮਤਲਬ ਆਪ ਕਟਵਾਏ ਆ ਜਾਂ ਕਿਸ ਤਰ੍ਹਾਂ ਇਹਦੇ ਬਾਰੇ? ਸਰ ਇਹ ਤੇ ਮਤਲਬ ਵੀ ਇੱਕ ਅਨਪੜ੍ਹਤਾ ਹੀ ਹੈ ਸਾਰੇ ਪੜ੍ਹੇ ਲਿਖੇ ਜਿਹੜੇ ਆ ਉਹਨਾਂ ਨੂੰ ਪਤਾ ਵਾ ਕਿ ਕਾਰਡ ਕੱਟਣ ਦੇ ਵਿੱਚ ਡਿਪੂ ਦਾ ਨਾ ਕਿ ਪਿੰਡ ਦਾ ਨਾ ਸਰਪੰਚ ਸਾਹਿਬ ਦਾ ਕੋਈ ਹੱਥ ਨਹੀਂ ਹੁੰਦਾ। ਮਤਲਬ ਜੇ ਕਾਰਡ ਜ਼ਿਆਦਾ ਹੋਣ ਤੇ ਕਿਉਂਕਿ ਡਿਪੂ ਹੋਲਡਰ ਨੂੰ ਇਹ ਚ ਫਾਇਦਾ ਹੁੰਦਾ ਉਹਦੀ ਕਮਿਸ਼ਨ ਮਿਲਦੀ ਆ ਕਿਉਂਕਿ ਅਸੀਂ ਕਾਰਡ ਕਟਾ ਨਹੀਂ ਸਕਦੇ ਕਿਸੇ ਦੇ ਵੀ ਤੇ ਨਾ ਹੀ ਕੋਈ ਇਹੋ ਜਿਹੀ ਕਾਰਵਾਈ ਕਰ ਸਕਦੇ ਇਹਦੇ ਮਤਲਬ ਵੀ ਜੋ ਪ੍ਰਸ਼ਾਸਨ ਆ ਉਹ ਜਿਵੇਂ ਇਹਦਾ ਹੁੰਦਾ ਵਾ ਕਾਰਡ ਵਿੱਚ ਲੈਣ ਦੇਣ ਦਾ ਕੁਝ ਉਹਨਾਂ ਨੂੰ ਪਤਾ ਹੁੰਦਾ ਕੱਟੇ ਜਾਣ ਕਿ ਨਾ ਸਾਡਾ ਕੋਈ ਇਹਦੇ ਵਿੱਚ ਦੋਸ਼ ਨਹੀਂ ਹੈਗਾ। ਕੀ ਨਾਮ ਸਰ ਤੁਹਾਡਾ? ਜੀ ਮੈਂ ਇੰਦਰਦੀਪ ਸਿੰਘ ਪਿੰਡ ਭੰਗਾਲੀ ਕਲਾਂ। ਤੇ ਸਰ ਤੁਹਾਡੇ ਤੇ ਨਾ ਪਿੰਡ ਦੇ ਵਿੱਚ ਇਲਜ਼ਾਮ ਲੱਗੇ ਆ ਕਣਕ ਦੀ ਵੰਡ ਦੇ ਸਮੇਂ ਜਿਹੜਾ ਪਰਚੀਆਂ ਵੰਡਣ ਗਏ ਤੁਸੀਂ ਤੇ ਉੱਥੇ ਕਿਸੇ ਨੂੰ ਤੁਸੀਂ ਮਤਲਬ ਇਲਜ਼ਾਮ ਲਾਏ ਉਹਨਾਂ ਨੇ ਤੁਹਾਡੇ ਤੇ ਕਿ ਸਾਨੂੰ ਧਮਕੀਆਂ ਦੇ ਰਹੇ ਨੇ? ਕੋਈ ਵੀ ਧਮਕੀ ਨਹੀਂ ਕਿਸੇ ਨੂੰ ਵੀ ਦਿੱਤੀ ਜਦੋਂ ਪਰਚੀਆਂ ਕੱਟਣ ਗਏ ਆ। ਕੋਈ ਕਈਆਂ ਦੇ ਕਾਰਡ ਕੱਟੇ ਗਏ ਆ ਉਹਨਾਂ ਦੇ ਗਲਤ ਫਹਿਮੀ ਦੇ ਕਾਰਨ ਉਹਨਾਂ ਨੂੰ ਕਹਿੰਦੇ ਆ ਵੀ ਧਮਕੀਆਂ ਦੇ ਰਹੇ ਸਨ। ਕਹਿੰਦੇ ਕਿ ਸਾਨੂੰ ਮਤਲਬ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵਾ ਜਾਂ ਕੁਛ ਇਸ ਤਰ੍ਹਾਂ? ਕੋਈ ਇਹੋ ਜਿਹਾ ਪ੍ਰੈਸ਼ਰਬਾਜ਼ੀ ਕੋਈ ਨੂੰ ਵੀ ਨਹੀਂ ਕੀਤਾ ਜਾਂਦਾ। ਗਲਤ ਨਾ ਕਿਸੇ ਨੂੰ ਬੋਲਿਆ ਨਾ ਕਿਸੇ ਨੂੰ ਆਈ ਬੋਲਦੇ ਉਹਨਾਂ ਨੇ ਉਲਟ ਸਗੋਂ ਬੋਲਿਆ ਸਾਡੇ ਤੇ ਵੀ ਇੱਕ ਦੂਜੇ ਗਾਲਾਂ ਕੱਢੀਆਂ ਡਿਪੂ ਹੋਲਡਰ ਨੂੰ ਜੋ ਪਰਚੀਆਂ ਕੱਟ ਰਿਹਾ ਮਸ਼ੀਨ ਵਾਲਾ ਸੀ ਉਹਨੂੰ ਕੱਢੀਆਂ ਇਹ ਤੇ ਮੈਨੂੰ ਵੀ ਜੀਓ ਜੀ ਨੂੰ ਕੱਢੀਆਂ ਗਾਲਾਂ ਔਰ ਸਰਪੰਚ ਨੂੰ ਹੀ ਆ ਕੇ ਦੱਸਿਆ ਆ ਜੋ ਵੀ ਹੋਇਆ। ਸ਼ੰਕਰ ਮਾਲੀ ਰਾਮ ਕੇਡੀਆ ਜੀ ਨੇ ਔਰ ਇੱਕੀ ਫਲੋ ਦੀ ਪੂਰੀ ਟੀਮ ਨੇ ਇਨੀਸ਼ੀਏਟਿਵ ਲਿਆ ਹੈ।